ਵਿਕਾਸ ਦੇ ਐਲਾਨ ਕੀਤੇ ਗਏ ਨਤੀਜਿਆਂ ਵਿੱਚੋਂ ਦੂਸਰੇ ਸਥਾਨ ਹਾਸਲ ਕਰਨ 'ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਛੂਆਣਾ ਦੀ ਹਰਸ਼ਦੀਪ ਕੌਰ ਨੇ ਆਪਣੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੇ ਇਸ ਨਤੀਜੇ ਪਿੱਛੇ ਜਿੱਥੇ ਉਹਨਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ, ਉੱਥੇ ਸਕੂਲ ਸਟਾਫ ਵੱਲੋਂ ਵੀ ਉਸ ਨੂੰ ਸਖ਼ਤ ਮਿਹਨਤ ਕਰਵਾਈ ਗਈ, ਜਿਸ ਦਾ ਅੱਜ ਨਤੀਜਾ ਸਾਹਮਣੇ ਆਇਆ ਹੈ। ਅਰਸ਼ਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਖੇਤੀ ਕਰਦੇ ਹਨ ਅਤੇ ਅਰਸ਼ਦੀਪ ਕੌਰ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ। ਮੈਂ ਇਸ ਸਥਾਨ ਹਾਸਿਲ ਕੀਤਾ, ਪੰਜਾਬ ਵਿੱਚੋਂ ਸੈਕਿੰਡ ਪੁਜੀਸ਼ਨ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਔਰ ਇਹਦੇ ਪਿੱਛੇ ਸਿਰਫ ਮੇਰੀ ਮਿਹਨਤ ਨਹੀਂ ਸੀ, ਸਗੋਂ ਮੇਰੀ ਪੂਰੀ ਫੈਮਿਲੀ, ਮੇਰੇ ਮੰਮੀ ਡੈਡੀ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਐਪਰੀਸ਼ੀਏਟ ਕੀਤਾ, ਹਮੇਸ਼ਾ ਪੜ੍ਹਨ ਲਈ ਕਿਹਾ, ਔਰ ਮੇਰੇ ਅਧਿਆਪਕ ਸਾਹਿਬਾਨ, ਮੇਰੇ ਕਲਾਸ ਇੰਚਾਰਜ ਸਰਦਾਰ ਮੱਖਣ ਸਿੰਘ, ਪ੍ਰਿੰਸੀਪਲ ਰਾਜੇਸ਼ ਅਰੋੜਾ ਔਰ ਨਿਰਮਲ ਸਰ, ਜਸਵੀਰ ਮੈਮ, ਸਾਰੇ ਅਧਿਆਪਕ ਸਾਹਿਬਾਨ ਬਹੁਤ ਹੀ ਜ਼ਿਆਦਾ ਮਿਹਨਤੀ ਸੀ, ਜਿਨ੍ਹਾਂ ਨੇ ਮੈਨੂੰ ਬਹੁਤ ਚੰਗੀ ਤਰ੍ਹਾਂ ਗਾਈਡ ਕੀਤਾ, ਔਰ ਸਪੈਸ਼ਲ ਥੈਂਕ ਯੂ ਸਰਦਾਰ ਮੱਖਣ ਸਿੰਘ ਸਰ। ਪਰਿਵਾਰ ਦੇ ਹਾਲਾਤ ਠੀਕ ਸੀ, ਕਦੇ ਵੀ ਫੈਮਿਲੀ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ, ਮਤਲਬ ਮੈਨੂੰ ਮੇਰੀ ਪੜ੍ਹਾਈ ਨੂੰ ਜਾਰੀ ਰੱਖਿਆ। ਸਰ ਮੈਂ ਇਹ ਕਹਿਣਾ ਚਾਹੂੰਗੀ ਕਿ ਮਿਹਨਤ ਕਰਨਾ ਬੱਚੇ ਦੇ ਸਾਰੇ ਹੁੰਦਾ, ਬਾਕੀ ਸਕੂਲ ਇੰਨਾ ਮੈਟਰ ਨਹੀਂ ਕਰਦਾ ਜਿੰਨਾ ਬੱਚਾ ਖੁਦ ਮੈਟਰ ਕਰਦਾ ਕਿ ਉਹ ਕਿਸ ਤਰ੍ਹਾਂ ਪੜ੍ਹ ਰਿਹਾ, ਕਿਸ ਤਰ੍ਹਾਂ ਉਹ ਸਟੱਡੀ ਨੂੰ ਲੈ ਰਿਹਾ, ਜਿਵੇਂ ਕਿ ਬਾਕੀ ਅਧਿਆਪਕ ਸਾਹਿਬਾਨ ਜੋ ਸਾਨੂੰ ਚੰਗੇ ਮਿਲ ਜਾਂਦੇ ਆ, ਉਹਨਾਂ ਨਾਲ ਅਸੀਂ ਵਧੀਆ ਅਚੀਵਮੈਂਟ ਪ੍ਰਾਪਤ ਕਰ। ਸਰ ਮੇਰੇ ਸਿਸਟਰਸ ਨੇ ਬੀ ਏ ਕੀਤੀ ਹੋਈ ਹੈ ਔਰ ਮੈਰਿਡ ਨੇ ਸਰ, ਔਰ ਮੇਰਾ ਭਰਾ ਚਾਚੇ ਦਾ ਬੇਟਾ ਜੋ ਐਜ਼ ਅ ਸਰਕਾਰੀ ਟੀਚਰ ਜੋਬ ਕਰ ਰਹੇ ਹੈ। ਅਰਸ਼ਦੀਪ ਕੌਰ ਦੇ ਪਿਤਾ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਵੀ ਅਰਸ਼ਦੀਪ ਦੀ ਇਸ ਉਪਲਬਧੀ 'ਤੇ ਮਾਣ ਕੀਤਾ ਜਾ ਰਿਹਾ ਹੈ ਅਤੇ ਅਰਸ਼ਦੀਪ ਦੇ ਪਿਤਾ ਨੇ ਕਿਹਾ ਕਿ ਉਹ ਖੇਤੀ ਕਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਉਹਨਾਂ ਵੱਲੋਂ ਕਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਗਈ, ਜਿਸ ਦਾ ਨਤੀਜਾ ਅੱਜ ਉਸਦੀ ਬੇਟੀ ਨੇ ਪੰਜਾਬ ਭਰ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨੇ ਵੀ ਕਿਹਾ ਕਿ ਅਰਸ਼ਦੀਪ ਕੌਰ ਦੀ ਇਸ ਮਿਹਨਤ ਪਿੱਛੇ ਉਸਦੇ ਸਕੂਲ ਸਟਾਫ ਦਾ ਵੱਡਾ ਯੋਗਦਾਨ ਹੈ। ਸਾਨੂੰ ਬਹੁਤ ਖੁਸ਼ੀ ਹੋਈ ਸਾਡੀ ਬੇਟੀ 'ਤੇ, ਸਾਨੂੰ ਰੱਬ ਜਿੰਨਾ ਮਾਣ ਹੈ ਕਿ ਵੀ ਸਾਡੀ ਜਿਹਨੇ ਸਾਨੂੰ ਬਹੁਤ ਵਧੀਆ ਨੰਬਰ ਲੈ ਕੇ ਪਲੱਸ ਟੂ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਉਦੋਂ ਵੱਡਾ ਸਾਡਾ ਸਹਿਯੋਗ ਸਾਡੇ ਸਾਰੇ ਸਟਾਫ ਦਾ, ਸਕੂਲ ਦਾ ਜੀ, ਪਿੰਡ ਪਛੁਆਣੇ ਦੇ ਸਰਕਾਰੀ ਸਕੂਲ ਦੇ ਜਿੰਨੇ ਸਟਾਫ ਮੈਂਬਰ ਨੇ ਸਭ, ਉਦੋਂ ਸਾਡਾ ਜੀ ਜਿਹੜਾ ਇੰਚਾਰਜ ਮੱਖਣ ਸਰ, ਉਹਨਾਂ ਨੇ ਇੰਨਾ ਸਹਿਯੋਗ ਦਿੱਤਾ ਸਾਨੂੰ, ਜੋ ਜਿੰਨਾ ਵੀ ਕਹਿ ਦਿਓ। ਜਦੋਂ ਅਸੀਂ ਸਕੂਲ 'ਚ ਜਾਣਾ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਹੀਂ ਕਹਿੰਦੇ ਤੇ ਵੀ ਤੁਸੀਂ ਐਂ ਕਰਨਾ, ਸਾਨੂੰ ਆਪ ਦਿਲ ਹੌਸਲਾ ਦੇ ਕੇ ਮੋੜਦੇ ਤੇ ਉਹਨਾਂ ਨੇ ਸਾਨੂੰ ਗੁੱਡੀ 'ਤੇ ਮਾਣ ਪੂਰਾ ਦਿੱਤਾ ਵੀ ਤੁਹਾਡੀ ਬੱਚੀ ਕੁਛ ਨਾ ਕੁਛ ਬਣ ਕੇ ਜ਼ਰੂਰ ਇਹ ਪੰਜਾਬ ਦਾ ਕੰਮ ਕਰੇ। ਚਲੋ ਜੋ ਤਾਂ ਮੁਸ਼ਕਲਾਂ ਤਾਂ ਜੀ ਆਪ ਹੀ ਆਉਂਦੀਆਂ ਜਾਂਦੀਆਂ, ਅਸੀਂ ਭੁੱਖੇ ਰਹਿ ਰਹਿ ਕੇ ਕੱਟ ਕੇ ਇਹਨਾਂ ਨੂੰ ਪੜ੍ਹਾਇਆ ਜੀ, ਅਸੀਂ ਨੇ ਸਾਨੂੰ ਕੋਈ ਪਰਵਾਹ ਨਹੀਂ ਰਹੀ ਇਹਦੇ ਪੜ੍ਹਾਉਣ ਪਿੱਛੇ, ਸਾਨੂੰ ਨਾ ਕੋਈ ਕੰਮ ਨੂੰ ਕਿਹਾ ਇਹਨੂੰ, ਨਾ ਕਾਸੇ ਨੂੰ, ਕੁਛ ਨਹੀਂ ਕਿਹਾ, ਅਸੀਂ ਇਹਨੂੰ ਕਹਿ ਵੀ ਪੜ੍ਹ ਲਾ ਉਹਦਾ, ਦਿਨ ਰਾਤ ਇਹਨੇ ਮਿਹਨਤ ਬਹੁਤ ਕੀਤੀ ਜੀ। ਅਸੀਂ ਤਾਂ ਸੌਂ ਜਾਂਦੇ, ਸਾਨੂੰ ਤਾਂ ਹੀ ਨਹੀਂ ਪਤਾ ਵੀ ਕਦੋਂ ਸੌਂਦੀ ਹੈ ਇਹ, ਕਦੋਂ ਪੜ੍ਹਦੀ ਹੈ, ਬੈਠੀ ਦੀ ਬੈਠੀ ਰਹਿੰਦੀ ਤਾਂ। ਤੁਸੀਂ ਕੀ ਕੰਮ ਕਰਦੇ? ਅਸੀਂ ਖੇਤੀ ਕਰਦੇ ਹਾਂ, 2 ਕਿੱਲੇ ਵਾਂਢੇ ਨੇ ਸਾਡੇ ਲਈ, ਅਸੀਂ ਖੇਤੀ ਕਰਦੇ ਹਾਂ। ਬੜਾ ਅੱਛਾ ਲੱਗ ਰਿਹਾ, ਮੇਰੀ ਸਰਵਿਸ ਦੇ ਦੌਰਾਨ ਬੜੀ ਵੱਡੀ ਪ੍ਰਾਪਤੀ ਹੈ ਮੇਰੀ, ਔਰ ਸੈਕਿੰਡ ਆਈ ਹੈ ਬੇਸ਼ੱਕ, ਪਰੰਤੂ 497 ਅੰਕ ਹੀ ਫਸਟ ਆਉਣ ਵਾਲੇ ਦੇ ਨੇ, ਇਸ ਕਰਕੇ ਸਾਨੂੰ ਇਸ ਗੱਲ ਦੇ ਉੱਤੇ ਵੀ ਮਾਣ ਹੈ। ਦੂਸਰੇ ਬੱਚੇ ਮੇਰੇ ਕੋਲ 54 ਨੰਬਰ 'ਤੇ ਮੈਰਿਟ ਦੇ ਵਿੱਚ ਨਵਨਿੰਦਰ ਕੌਰ ਆਈ ਹੈ ਮੇਰੀ, ਸਕੂਲ ਦੀ ਸਟੂਡੈਂਟ। ਇਹ ਸਾਰਾ ਮੇਰੇ ਸਟਾਫ ਦੇ ਸਿਰ ਮੈਂ ਸਿਹਰਾ ਬੰਨਣਾ ਚਾਹੁੰਦਾ ਕਿ ਮੇਰੇ ਸਟਾਫ ਨੇ ਇੰਨਾ ਉੱਦਮ ਕੀਤਾ, ਬੱਚਿਆਂ ਨੇ ਆਪਦੀ ਮਿਹਨਤ ਕੀਤੀ ਤਾਂ ਇਹ ਅੱਜ ਸਾਨੂੰ ਪ੍ਰਾਪਤੀ ਹੋਈ, ਜੋ ਕਿ ਪੰਜਾਬ ਪੱਧਰ ਦੀ।